ਸਾਜੀ ਨਵਾਜੀ ਗੁਰੂ ਰੂਪ ਗੁਰੂ ਬਿਹਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪ ਜੀ ਗੁਰਮੁਖਾਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਈ। ਗੁਰਮੁਖ ਪਿਆਰਿਓ, ਉਸ ਪਰਮਾਤਮਾ ਵੱਲੋਂ ਜੋ ਇਹ ਦਿਨ ਤੇ ਰਾਤ ਦਾ ਖੇਲ ਸ਼ੁਰੂ ਕੀਤਾ ਗਿਆ, ਜਿਸ ਨੂੰ ਮਹਾਰਾਜ ਸਮਝਾਉਂਦੇ ਕਿ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ, ਇਸ ਖੇਲ ਦੀ ਪਾਰੋਂ ਸਾਨੂੰ ਸਮਝਾ ਕੇ ਇਸ ਖੇਲ ਦੇ ਵਿੱਚ ਉਤਾਰਿਆ ਜਾਂਦਾ ਹੈ। ਲੇਕਿਨ ਇੱਥੇ ਆ ਕੇ ਜਦੋਂ ਅਸੀਂ ਭੁੱਲ ਜਾਂਦੇ ਇਸ ਖੇਲ ਨੂੰ ਹਾਰਨਾ ਸ਼ੁਰੂ ਕਰ ਦਿੰਦੇ, ਫਿਰ ਹਾਰਦਿਆਂ ਹਾਰਦਿਆਂ ਪਤਾ ਨਹੀਂ ਕਿੰਨੇ ਕੁ ਯੁੱਗ ਸਾਨੂੰ ਫਿਰ ਇਸ ਤਰਲੋਕੀ ਦੇ ਵਿੱਚ ਰਹਿਣਾ ਪੈਂਦਾ ਹੈ। ਜਨਮ ਦਰ ਜਨਮ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ, ਜਿਸ ਨੂੰ ਮਹਾਰਾਜ ਸਮਝਾਉਂਦੇ ਕਿ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ। ਕਹਿੰਦੇ ਪਤਾ ਨਹੀਂ ਕਿੰਨੇ ਜਨਮ ਕੀੜੇ ਪਤੰਗੇ ਬਣਦੇ ਰਹੇ, ਕਦੇ ਪਾਣੀ ਦੇ ਜਾਨਵਰ, ਕਦੇ ਭੂਮ ਲੋਕ ਦੇ, ਕਦੇ ਕਾਸ਼ ਲੋਕ ਦੇ, ਕਿਤੇ ਮਸਾ ਹੀ ਮਹਾਰਾਜ ਨੇ ਕਿਰਪਾ ਕੀਤੀ ਇਹ ਮਾਨਸ ਜਾਮਾ ਨਸੀਬ ਹੋਇਆ। ਫਿਰ ਗੁਰਮੁਖ ਪਿਆਰਿਓ, ਜੇਕਰ ਜੇ ਮਾਨਸ ਜਾਮਾ ਮਿਲ ਵੀ ਜਾਏ, ਸਤਸੰਗ ਨਾ ਮਿਲੇ, ਸਾਧੂ ਦਾ ਸੰਗ ਨਾ ਮਿਲੇ, ਫਿਰ ਵੀ ਵਿਅਰਥ ਚਲਾ ਜਾਂਦਾ ਹੈ। ਕਿਉਂਕਿ ਅਸੀਂ ਜੀਵ ਇਸ ਲੋਕ ਦੇ ਵਿੱਚ ਜਿਨ੍ਹਾਂ ਦੇ ਸਪੁਰਦ ਹੁੰਦੇ ਹਾਂ, ਜਿਨ੍ਹਾਂ ਨੂੰ ਅਸੀਂ ਆਪਦੀ ਭਾਸ਼ਾ 'ਚ ਮਾਂ ਬਾਪ ਕਹਿੰਦੇ ਹਾਂ, ਮਾਤਾ ਪਿਤਾ ਕਹਿੰਦੇ ਹਾਂ, ਜ਼ਿਆਦਾ ਤੌਰ 'ਤੇ ਉਹਨਾਂ ਨੂੰ ਵੀ ਸਿਰਫ ਸੰਸਾਰ ਦਾ ਗਿਆਨ ਹੀ ਹੁੰਦਾ, ਬ੍ਰਹਮ ਗਿਆਨ ਨਹੀਂ ਹੁੰਦਾ। ਇਸ ਕਰਕੇ ਉਹ ਸਾਨੂੰ ਵੀ ਸਿਰਫ ਇਸ ਗਿਆਨ ਸੰਸਾਰ ਦੇ ਤੱਕ ਸੀਮਤ ਰੱਖ ਲੈਂਦੇ ਨੇ। ਇਸ ਕਰਕੇ ਅਸੀਂ ਉਹਨਾਂ ਨੂੰ ਆਪਾ ਸਮਰਪਣ ਕੀਤਾ ਹੁੰਦਾ, ਜੋ ਮਾਂ ਪਿਓ ਕਹਿੰਦਾ ਅਸੀਂ ਉਹਨੂੰ ਮੰਨੀ ਜਾਂਦੇ। ਮਾਤਾ ਨੇ ਕਿਹਾ ਵੀ ਆਹ ਤੇਰਾ ਪਿਤਾ, ਅਸੀਂ ਮੰਨ ਲਿਆ। ਆਹ ਤੇਰਾ ਭਰਾ ਹੈ, ਭੈਣ ਹੈ, ਮੰਨ ਲਿਆ। ਇਸ ਤੋਂ ਅੱਗੇ ਅਸੀਂ ਸਕੂਲਾਂ ਦੇ ਵਿੱਚ, ਕਾਲਜਾਂ ਵਿੱਚ ਗਏ, ਉੱਥੋਂ ਦੇ ਅਧਿਆਪਕ ਸਾਹਿਬਾਨਾਂ ਨੇ
ਜੋ ਸਾਨੂੰ ਸਮਝਾਇਆ ਵੀ ਆਉੜਾ ਆੜਾ ਅਸੀਂ ਮੰਨ ਲਿਆ, ਉਸ ਗਿਆਨ ਨੂੰ ਸਿੱਖ ਲਿਆ। ਲੇਕਿਨ ਹੁਣ ਜਿਹੜਾ ਇਹ ਸੰਸਾਰ ਦਾ ਗਿਆਨ ਹੈ, ਇਸ ਦਾ ਸੰਬੰਧ ਪਾਉਣ ਦੇ ਨਾਲ ਹੈ, ਸਵਾਸ ਦੇ ਨਾਲ ਹੈ। ਇਹ ਜੋ ਅਸੀਂ ਭਾਸ਼ਾ ਬੋਲਦੇ ਹਾਂ, ਇਹ ਹਵਾ ਤੋਂ ਪੈਦਾ ਹੁੰਦੀ, ਪੌਣ ਤੋਂ ਪੈਦਾ ਹੁੰਦੀ। ਜਿਸ ਨੂੰ ਮਾਰ ਕਹਿੰਦੇ, ਅਗਨ ਬਿੰਬ ਪਾਉਣੇ ਕੀ ਬਾਣੀ, ਤੀਨੋ ਨਾਮ ਕੀ ਦਾਸਾ, ਇਹ ਨਾਮ ਦੇ ਮਤਹਿਤ ਹੈ। ਇਸ ਕਰਕੇ ਇਸ ਨੂੰ ਅਸੀਂ ਕੱਚੀ ਬਾਣੀ ਕਹਿੰਦੇ। ਜਿੰਨਾ ਚਿਰ ਸਵਾਸ ਹੈ ਅਸੀਂ ਬੋਲਦੇ, ਉਸ ਤੋਂ ਬਾਅਦ ਬਸ ਅਸੀਂ ਬੋਲ ਨਹੀਂ ਸਕਦੇ। ਇਹ ਵੀ ਅਸੀਂ ਸਵਾਸ ਹੁੰਦਿਆਂ ਵੀ ਉਹਨਾਂ ਚਿਰ ਬੋਲਦੇ, ਜਿੰਨਾ ਚਿਰ ਉਸ ਮਾਲਕ ਨੇ ਇੱਕ ਸਾਡੇ ਅੰਦਰ ਯੰਤਰ ਲਾਇਆ, ਇੱਕ ਇੰਸਟਰੂਮੈਂਟ ਲਾਇਆ, ਜਿਹਨੂੰ ਅਸੀਂ ਜੀਭ ਕਹਿੰਦੇ ਹਾਂ, ਰਸਨਾ ਕਹਿੰਦੇ ਹਾਂ, ਜਿਸ ਕਰਕੇ ਭਾਸ਼ਾ ਪੈਦਾ ਹੁੰਦੀ ਹੈ। ਕਿਉਂਕਿ ਅੱਜ ਤੱਕ ਇਸ ਵਿਗਿਆਨ ਨੇ ਜਿੰਨੀ ਮਰਜ਼ੀ ਤਰੱਕੀ ਕਰ ਲਈ ਹੈ, ਇਹਨਾਂ ਤੋਂ ਅੱਗ ਦਾ ਫਾਰਮੂਲਾ ਨਹੀਂ ਲੱਭਿਆ ਗਿਆ। ਸਿਰਫ ਪਾਣੀ ਦੇ ਪਤਾ ਹੈ ਚਟੋਲ, ਲੇਕਿਨ ਅੱਗ ਦਾ ਨਹੀਂ। ਜਿਵੇਂ ਰਾਵਣ ਨੇ ਚੰਦਰਮਾ ਦੇ ਸੂਰਜ ਨੂੰ ਵਰਤਿਆ ਸੀ, ਮੂਨਲਾਈਟ ਨੂੰ ਵਰਤਿਆ ਸੀ, ਉਹ ਵੀ ਨਹੀਂ ਵਰਤੀ ਗਈ ਜੀ, ਬਹੁਤ ਘੱਟ ਕਿਤੇ ਹੋਏਗਾ। ਹੁਣ ਜਿਹੜੀ ਸਾਡੀ ਰਸਨਾ ਹੈ, ਜਦੋਂ ਇਹ ਕੰਮ ਨਹੀਂ ਕਰਦੀ, ਰੁਕ ਜਾਂਦੀ ਆ, ਫਿਰ ਅਸੀਂ ਬੋਲ ਨਹੀਂ ਸਕਦੇ। ਕਿਉਂਕਿ ਗੁਰੂ ਪਿਆਰਿਓ, ਪੌਣ ਚੋਂ ਪਾਣੀ, ਪਾਣੀ ਚੋਂ ਅਗਨ, ਇਹ ਆਕਸੀਜਨ, ਇਹ ਤਿੰਨੇ ਕੰਮ ਸਾਡੀ ਜੀਭ ਕਰ ਦਿੰਦੀ ਹੈ। ਜੋ ਇਹਦੇ ਨਾਲ ਆ ਕੇ, ਚਾਹੇ ਅਸੀਂ ਨੱਕ ਰਾਹੀਂ ਸਾਹ ਲਈਏ, ਚਾਹੇ ਅਸੀਂ ਮੂੰਹ ਰਾਹੀਂ ਲਈਏ, ਜੋ ਹੀ ਆ ਕੇ ਸਵਾਸ ਇਹ ਪੌਣ ਇਸ ਰਸਨਾ ਤੇ ਟਕਰਾਉਂਦੀ ਹੈ, ਜੀਭ ਤੇ ਟਕਰਾਉਂਦੀ ਹੈ, ਇਹ ਤਿੰਨੇ ਵੱਖੋ ਵੱਖ ਹੋ ਜਾਂਦੇ ਨੇ। ਫਿਰ ਅੱਗੇ ਜਾ ਕੇ ਇਕੱਠ ਤੇ ਇਕੱਠੇ ਹੁੰਦੇ ਨੇ, ਉੱਥੋਂ ਸਾਡੀ ਇਹ ਭਾਸ਼ਾ ਪ੍ਰਗਟ ਹੁੰਦੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਭਾਸ਼ਾ ਤਾਂ ਨਾਸਵਾਨ ਹੈ, ਲੇਕਿਨ ਜਿਸ ਭਾਸ਼ਾ ਦੀ ਭਾਸ਼ਾ ਮਤਹਿਤ ਹੈ ਉਸ ਨੂੰ ਨਾਮ ਕਹਿੰਦੇ ਨੇ, ਉਹ ਸੱਚੀ ਬਾਣੀ ਹੈ, ਉਹ ਪਾਰ ਬ੍ਰਹਮ ਦੀ ਬਾਣੀ ਹੈ, ਉਹ ਨਿਰੰਕਾਰ ਦੀ ਬਾਣੀ ਹੈ, ਜਿਸ ਨੂੰ ਮਹਾਰਾਜ ਕਹਿੰਦੇ ਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵਨ ਅਵਰ ਨ ਕੋਈ। ਸੋ ਗੁਰਮੁਖ ਪਿਆਰਿਓ, ਸਾਡੇ ਮਨ ਦਾ ਸੰਬੰਧ ਹੈ ਉਸ ਬਾਣੀ ਦੇ ਨਾਲ ਜੋ ਨਿਰੰਕਾਰ ਦੀ ਬਾਣੀ ਹੈ, ਜਿਸ ਨੂੰ ਸੱਚੀ ਬਾਣੀ ਕਹਿੰਦੇ, ਜਿਹਨੂੰ ਆਪਾਂ ਤੁਰ ਕੀ ਬਾਣੀ ਕਹਿੰਦੇ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਲੇਕਿਨ ਹੁਣ ਜਦੋਂ ਮਾਲਕ ਕਿਰਪਾ ਕਰਦਾ, ਸਾਨੂੰ ਸਤ ਸੰਗਤ ਦੇ ਵਿੱਚ ਲਿਆਉਂਦਾ, ਸਤ ਸੰਗਤ ਸਤਿਗੁਰ ਦਾ ਸਕੂਲ ਹੈ,
ਜਿਸ ਨੂੰ ਮਹਾਰਾਜ ਕਹਿੰਦੇ ਕਿ ਸਤ ਸੰਗਤ ਸਤਿਗੁਰ ਚਟਸਾਲ ਹੈ ਜਿੱਤ ਹਰ ਗੁਣ ਸਿੱਖਾ। ਜਿਵੇਂ ਜਿਹੋ ਜਿਹਾ ਸਕੂਲ ਹੈ, ਮਿਡਲ ਹੈ, ਪ੍ਰਾਇਮਰੀ ਹੈ, ਹਾਈ ਹੈ, ਸੈਕੰਡਰੀ ਹੈ, ਕਾਲਜ ਹੈ, ਉਹੋ ਜਿਹੇ ਟੀਚਰ ਸਾਹਿਬਾਨਾਂ ਦੇ ਰੁਤਬੇ ਨੇ। ਇਸੇ ਤਰ੍ਹਾਂ ਇੱਧਰ ਜਿਹੜੇ ਟੀਚਰ ਨੇ ਉਹਨਾਂ ਨੂੰ ਸੰਤ, ਸਾਧੂ, ਭਗਤ, ਬ੍ਰਹਮ ਗਿਆਨੀ, ਗੁਰਮੁਖ ਕਹਿੰਦੇ ਨੇ। ਉਹ ਫਿਰ ਗੁਰਮੁਖ ਪਿਆਰਿਓ ਸਾਨੂੰ ਇਸ ਗਿਆਨ ਦਾ ਭੇਦ ਦੇਣਾ ਸ਼ੁਰੂ ਕਰ ਦਿੰਦੇ, ਲੇਕਿਨ ਉਹ ਸਭ ਤੋਂ ਪਹਿਲਾਂ ਇਹ ਸਾਨੂੰ ਬੇਨਤੀ ਕਰਦੇ ਨੇ ਵੀ ਦੇਖੋ ਜਿੰਨੀ ਜਿੰਨੀ ਤੁਹਾਡੀ ਉਮਰ ਹੋ ਗਈ ਤੁਸੀਂ ਸੰਸਾਰ ਦੇ ਗਿਆਨ ਨੂੰ ਗ੍ਰਹਿਣ ਕਰ ਚੁੱਕੇ ਹੋ, ਚਾਹੇ ਤੁਸੀਂ ਮਾਤਾ ਪਿਤਾ ਦੇ ਰਾਹੀਂ ਕਰ ਲਿਆ, ਚਾਹੇ ਟੀਚਰ ਸਾਹਿਬਾਨਾਂ ਦੇ ਰਾਹੀਂ ਕਰ ਲਿਆ, ਜਾਂ ਕੁਛ ਆਪ ਕਰ ਲਿਆ। ਹੁਣ ਜੇਕਰ ਤੁਸੀਂ ਇਸ ਗਿਆਨ ਨੂੰ ਛੱਡੋਗੇ ਜਾਂ ਇੱਕ ਪਾਸੇ ਕਰੋਗੇ ਫਿਰ ਤੁਹਾਨੂੰ ਸਾਡੀ ਗੱਲ ਸਮਝ ਆਏਗੀ, ਕਿਉਂਕਿ ਜਿਸ ਦੇਸ਼ ਦਾ ਤੁਸੀਂ ਗਿਆਨ ਹਾਸਲ ਕੀਤਾ ਹੈ ਇਸ ਤੋਂ ਉੱਪਰ ਜੋ ਦੂਸਰਾ ਦੇਸ਼ ਹੈ ਜਿਸ ਨੂੰ ਉੱਪਰ ਲੋਕ ਕਹਿੰਦੇ ਨੇ, ਅਸੀਂ ਤੁਹਾਨੂੰ ਗਿਆਨ ਉਸ ਦੇਸ਼ ਦਾ ਦੇਣਾ ਹੈ। ਇਸ ਕਰਕੇ ਦੋਨਾਂ ਦੇਸ਼ਾਂ ਦਾ ਗਿਆਨ ਵੱਖਰਾ ਹੈ, ਭਾਸ਼ਾ ਵੱਖਰੀ ਹੈ। ਜਿਵੇਂ ਆਪਾਂ ਦੇਖਦੇ ਹਾਂ ਅੱਜ ਆਪਣੇ ਬੱਚੇ ਬਾਹਰ ਜਾਂਦੇ ਨੇ ਉਸ ਦੇਸ਼ ਦੀ ਭਾਸ਼ਾ ਨੂੰ ਸਿੱਖਦੇ ਨੇ, ਉਹ ਭਾਸ਼ਾ ਹੋਰ ਹੈ, ਇੱਥੋਂ ਦੀ ਹੋਰ ਹੈ, ਲੇਕਿਨ ਇਸ ਭਾਸ਼ਾ ਨੂੰ ਪਾਸੇ ਕਰਕੇ ਫਿਰ ਸਿੱਖਦੇ ਨੇ, ਨਹੀਂ ਤਾਂ ਨਹੀਂ ਆ ਸਕਦੀ। ਜੇ ਇਹਨੂੰ ਵਿੱਚ ਰਲਾਉਣਗੇ ਦੂਸਰੀ ਭਾਸ਼ਾ ਨਹੀਂ ਸਿੱਖੀ ਜਾ ਸਕਦੀ। ਇਸੇ ਤਰ੍ਹਾਂ ਜੇ ਅਸੀਂ ਲੋਕ ਦੇ ਗਿਆਨ ਨੂੰ, ਇਸ ਸੰਸਾਰ ਦੇ ਗਿਆਨ ਨੂੰ ਇੱਕ ਪਾਸੇ ਨਾ ਕਰਾਂਗੇ, ਨਾ ਛੱਡਾਂਗੇ, ਤੇ ਸਾਨੂੰ ਇਹ ਬ੍ਰਹਮ ਦੀ ਭਾਸ਼ਾ ਨਹੀਂ ਆਉਣੀ, ਸਾਨੂੰ ਉਸ ਚੌਥੇ ਪਦ ਦਾ ਗਿਆਨ ਨਹੀਂ ਹੋਣਾ। ਇਸ ਕਰਕੇ ਜਿਵੇਂ ਆਪਾਂ ਸੰਸਾਰ ਦਾ ਗਿਆਨ ਲੈਣ ਵਾਸਤੇ ਮਾਤਾ ਪਿਤਾ ਦਾ ਸੰਗ ਕੀਤਾ, ਸਕੂਲ ਚ ਗਏ, ਉੱਥੇ ਸਮਾਂ ਦਿੱਤਾ, ਉੱਥੇ ਰੁਕੇ, ਉੱਥੇ ਠਹਿਰੇ, ਇਸੇ ਤਰ੍ਹਾਂ ਹੁਣ ਅਸੀਂ ਸਤਸੰਗਤ ਚ ਠਹਿਰਨਾ, ਇੱਥੇ ਹਰੀ ਦੇ ਗੁਣ ਸਿੱਖਣੇ ਨੇ, ਜਿਹਨੂੰ ਮਹਾਰਾਜ ਕਹਿੰਦੇ ਸਤਸੰਗਤ ਸਤਿਗੁਰ ਚਟਸਾਲ ਹੈ ਜਿੱਤ ਹਰ ਗੁਣ ਸਿੱਖਾ। ਫਿਰ ਜਿਹੜੇ ਇੱਥੋਂ ਦੇ ਟੀਚਰ ਸਾਹਿਬਾਨ ਨੇ ਉਹ ਸਾਨੂੰ ਇਹ ਸਾਰਾ ਖੇਲ ਸਮਝਾ ਕੇ ਫਿਰ ਸਾਡੇ ਵਿੱਚ ਘਰ ਥਿਰ ਘਰ ਚ ਲੈ ਕੇ ਜਾਣਗੇ, ਉਸ ਦੇਸ਼ ਵਿੱਚ ਪ੍ਰਵੇਸ਼ ਕਰਾਉਣਗੇ, ਪਹਿਲਾਂ ਇੱਥੇ ਸਮਝਾਉਣਗੇ ਫਿਰ ਉੱਥੇ ਪ੍ਰਵੇਸ਼ ਕਰਾਉਣਗੇ। ਜਦੋਂ ਆਪਾਂ ਉੱਥੇ ਆਸਣ ਲਾਵਾਂਗੇ ਫਿਰ ਸਾਨੂੰ ਤ੍ਰੈ ਭਵਨ ਦੀ ਸੋਝੀ ਹੋਏਗੀ, ਜਿਸ ਨੂੰ ਨਿਜ ਪਦ, ਦਸਵਾਂ ਦੁਆਰ, ਦਰਗਾਹ, ਪਰਲੋਕ ਕਹਿੰਦੇ ਨੇ। ਇਸ ਕਰਕੇ ਮਹਾਰਾਜ ਸਮਝਾਉਂਦੇ ਦਸਵੇਂ ਦੁਆਰ ਰਹਿਤ ਕਰੇ ਤ੍ਰੈ ਭਵਨ ਸੋਝੀ ਪਾਏ, ਉਹ ਸਮਝਾ ਰਹੇ ਨੇ ਵੀ ਜੇ ਕਿਸੇ ਨੇ ਤ੍ਰੈ ਭਵਨ ਦੀ ਸੋਝੀ ਪਾਉਣੀ ਹੈ ਪਾਈ
ਤੇ ਫਿਰ ਤੁਹਾਨੂੰ ਦਸਵੇਂ ਦੁਆਰ ਵਸਣਾ ਪਏਗਾ, ਉੱਥੇ ਰਹਿਣਾ ਪਏਗਾ। ਹੁਣ ਜੇ ਸਾਨੂੰ ਦਸਵੇਂ ਦੁਆਰ ਦਾ ਨਹੀਂ ਭੇਦ ਪੁੱਛਣਾ ਪਏਗਾ, ਉੱਥੇ ਕਿਵੇਂ ਜਾਣਾ ਹੈ ਉਹ ਸਾਨੂੰ ਸੰਤ ਜਨ ਸਮਝਾਉਂਦੇ ਨੇ। ਇਸ ਕਰਕੇ ਗੁਰਮੁਖ ਪਿਆਰਿਓ, ਮਹਾਰਾਜ ਸਾਨੂੰ ਕੀ ਸਮਝਾਉਂਦੇ ਵੀ ਇੱਕ ਜੀਵ ਇਸ ਭਾਰਤ ਦਾ ਵਾਸੀ ਹੈ, ਇੱਕ ਜਰਮਨ ਦਾ ਵਾਸੀ ਹੈ, ਉਹ ਆਪਦੇ ਦੇਸ਼ ਦੀ ਭਾਸ਼ਾ ਬੋਲਦਾ ਹੈ, ਇਸ ਦੇਸ਼ ਦਾ ਆਪਦੇ ਦੇਸ਼ ਦੀ ਭਾਸ਼ਾ ਬੋਲਦਾ ਹੈ, ਉਹਨਾਂ ਦੋਨਾਂ ਦਾ ਕੋਈ ਮੇਲ ਨਹੀਂ। ਨਾ ਤਾਂ ਉਹਨੂੰ ਉਹਦੀ ਗੱਲ ਸਮਝ ਆਉਂਦੀ ਹੈ, ਨਾ ਉਹਨੂੰ ਉਹਦੀ ਗੱਲ ਸਮਝ ਆਉਂਦੀ ਹੈ, ਬੋਲ ਤਾਂ ਨਹੀਂ ਰਹੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜੇ ਗੁਰਮੁਖ ਸੰਤ ਸਾਧੂ ਭਗਤ ਹੁੰਦੇ ਨੇ ਉਹ ਬੋਲਦੇ ਨੇ, ਲੇਕਿਨ ਇਹ ਸੰਸਾਰ ਵਿੱਚ ਵਸਣ ਵਾਲੇ ਜੀਵਾਂ ਨੂੰ, ਇਸ ਤਰਲੋਕੀ ਵਿੱਚ ਵਸਣ ਵਾਲੇ ਜੀਵਾਂ ਨੂੰ ਉਹਨਾਂ ਦੀ ਭਾਸ਼ਾ ਨਹੀਂ ਸਮਝ ਆਉਂਦੀ, ਜਿਸ ਕਰਕੇ ਉਹ ਥੋੜਾ ਚਿਰ ਤਾਂ ਕੋਸ਼ਿਸ਼ ਕਰਦੇ ਨੇ ਤੇ ਮੁੜ ਕੇ ਕਹਿੰਦੇ ਛੱਡੋ ਜੀ, ਸਾਡੀ ਪਕੜ ਚ ਨਹੀਂ ਆ ਰਿਹਾ। ਜਿਵੇਂ ਮੇਰੇ ਚਾਚਾ ਜੀ ਦਾ ਬੇਟਾ ਆਸਟ੍ਰੇਲੀਆ ਤੋਂ ਆਇਆ, ਬਹੁਤ ਚਿਰ ਬਾਅਦ ਘਰੇ ਆਇਆ, ਮੈਂ ਕਿਹਾ ਜੀ ਤੁਸੀਂ ਆ ਕਥਾ ਉੱਥੇ ਸੁਣ ਲਿਆ ਕਰੋ ਯੂਟਿਊਬ ਤੇ। ਕਹਿੰਦਾ ਵੀਰ ਜੀ ਅਸਲੀ ਗੱਲ ਇਹ ਹੈ, ਸੁਣਦਾ ਤਾਂ ਹੈ, ਮੈਂ ਸੁਣੀ ਸੀ ਪਰ ਮੈਨੂੰ ਸਮਝ ਨਹੀਂ ਆਉਂਦੀ। ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹੁਣ ਜਿਹੜਾ ਸੰਸਾਰੀ ਜੀਵ ਹੈ ਉਹ ਇੱਥੇ ਵੱਸਦਾ ਇਸ ਤਰ੍ਹਾਂ ਲੋਕੀ ਚ, ਗੁਰਮੁਖ ਇਸ ਭਾਵ ਸਾਗਰ ਤੋਂ ਉੱਪਰ ਚੌਥੇ ਪਾਤਸ਼ਾਹ ਵੱਸਦਾ, ਉਹਦੀ ਉੱਥੋਂ ਦੀ ਭਾਸ਼ਾ। ਇਸ ਕਰਕੇ ਜਦੋਂ ਅਸੀਂ ਸੰਗਤ ਕਰਦੇ ਹਾਂ ਸਾਥੋਂ, ਸਭ ਤੋਂ ਪਹਿਲਾਂ ਇਹ ਵਚਨ ਲਿਆ ਜਾਂਦਾ ਹੈ ਵੀ ਅਸੀਂ ਤੁਹਾਨੂੰ ਭਾਸ਼ਾ ਸਿਖਾ ਦਿਆਂਗੇ, ਤੁਹਾਡਾ ਆਉਣਾ ਜਾਣਾ ਬਣਾ ਦਿਆਂਗੇ, ਤੁਹਾਡੇ ਘਰ ਤੁਹਾਡਾ ਆਸਣ ਲਵਾ ਦਿਆਂਗੇ, ਅੱਗੇ ਤੁਹਾਡਾ ਪਿਤਾ ਤੁਹਾਡੇ ਤੇ ਭਰੋਸਾ ਕਰੇਗਾ। ਲੇਕਿਨ ਤੁਹਾਨੂੰ ਆਪਦੀ ਮੱਤ ਛੱਡਣੀ ਪਏਗੀ, ਇਹ ਬਹੁਤ ਕਠਿਨ ਹੈ। ਕਹਿੰਦੇ ਪਹਿਲਾਂ ਇਹ ਸੁਣ ਲਓ, ਜਿਵੇਂ ਮਹਾਰਾਜ ਕਹਿੰਦੇ ਮਨ ਕੀ ਮੱਤ ਤਿਆਗੋ ਹਰਜਨ, ਇਹ ਬਾਤ ਕਠਹਿਰੀ। ਹੁਣ ਨਾਮਦੇਵ ਜੀ ਸੀਗੇ, ਉਹਨਾਂ ਨੂੰ ਪਰਮਾਤਮਾ ਦਿਸਦਾ ਸੀ, ਉਹ ਸਤਸੰਗਤ ਕਰੀ ਉਹਨਾਂ ਨੇ, ਉਹ ਕਹਿੰਦੇ ਵੀ ਨਾਮੇ ਬੈਠਲ ਦੇਖਿਆ, ਵੀ ਮੈਂ ਦੇਖਿਆ ਪਰਮਾਤਮਾ ਨੂੰ ਦੇਖਦਾ। ਤੇ ਜਿਹੜੇ ਜੀਵ ਸੰਸਾਰ ਦੇ ਸੀ, ਉਹਨਾਂ ਵੇਸ਼ਭੂਸ਼ਾ ਉਹਨਾਂ ਦੀ ਵੀ ਉਹੋ ਜਿਹੀ ਸੀ, ਨਾਮਦੇਵ ਵਰਗੀ, ਉਹੋ ਜਿਹਾ ਸਾਰਾ ਸਟਰਕਚਰ ਬਾਡੀ ਦਾ। ਉਹ ਕਹਿੰਦੇ ਵੀ ਅੱਖਾਂ ਸਾਡੀਆਂ ਵੀ ਹੈਗੀਆਂ, ਸਾਨੂੰ ਤਾਂ ਦਿਸਦਾ ਨਹੀਂ, ਤੈਨੂੰ ਵੱਖਰਾ ਦਿਸਦਾ। ਹੁਣ ਮਹਾਰਾਜ ਕਹਿੰਦੇ ਵੀ ਦਿਸਦਾ ਕਿਹਨੂੰ ਹੈ? ਜਿਹੜਾ ਸ਼ਬਦ ਕਮਾਉਂਦਾ ਹੈ, ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਜਿਵੇਂ ਆਪਾਂ ਦੇਖੀਏ ਵੀ ਕਿਸੇ ਗੁਰਮੁਖ ਨੇ ਕੋਈ ਡਿਗਰੀ ਕੀਤੀ ਹੈ, ਲੇਕਿਨ ਹੁਣ ਜੇ ਡਿਗਰੀ ਆਪਾਂ ਕਿਸੇ ਨੂੰ ਦਿਖਾ ਵੀ ਦੇਵਾਂਗੇ ਤੇ ਉਹ ਤਾਂ ਡਿਗਰੀ ਕਰਨ ਨਹੀਂ ਲੱਗਾ, ਨਾ ਉਹਨੂੰ ਕੋਈ ਪੱਲੇ ਪੈਣਾ ਉਸ ਚੀਜ਼ ਦਾ। ਉਸ ਡਿਗਰੀ ਦੇ ਪਿੱਛੇ, ਜਿਹੜਾ ਉਸ ਕਾਗਜ਼ ਦੇ ਪਿੱਛੇ, ਉਸ ਸਰਟੀਫਿਕੇਟ ਦੇ ਪਿੱਛੇ ਜਿਹੜਾ ਗਿਆਨ ਛੁਪਿਆ ਹੋਇਆ ਹੈ ਜਾਂ ਪ੍ਰੈਕਟੀਕਲ ਛੁਪਿਆ ਹੋਇਆ, ਉਹ ਉਸੇ ਜੀਵ ਨੂੰ ਪਤਾ ਹੈ ਜਿਹਨੇ ਉਹ ਕੀਤੀ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰਿਓ,
ਜੇ ਅਸੀਂ ਉਹ ਗਿਆਨ ਹਾਸਲ ਕਰਨਾ ਚਾਹੁੰਦੇ ਸਾਨੂੰ ਉਹਨਾਂ ਦਾ ਉਹਨਾਂ ਚਿਰ ਸੰਗ ਕਰਨਾ ਪਏਗਾ, ਉਹਨਾਂ ਦੀ ਸ਼ਰਨ ਵਿੱਚ ਜਾਣਾ ਪਏਗਾ, ਅਸੀਂ ਵੀ ਉਹ ਸਰਟੀਫਿਕੇਟ ਹਾਸਲ ਕਰ ਸਕਦੇ। ਇਸੇ ਤਰ੍ਹਾਂ ਹੁਣ ਜਿਨ੍ਹਾਂ ਦੀ ਗੁਰਬਾਣੀ ਹੈ, ਜਿਹੜੇ ਗੁਰਮੁਖ ਨੇ ਗੁਰਬਾਣੀ 'ਚ ਜੋ ਸਾਨੂੰ ਦੱਸ ਰਹੇ ਵੀ ਅਸੀਂ ਬੜੇ ਸੁਖੀ ਹਾਂ ਇਸ ਸੰਸਾਰ ਵਿੱਚ ਵੀ ਤੇ ਸਾਡੇ ਦੇਸ਼ ਦਾ ਸੁੱਖ ਹੈ ਹੀ ਹੈ। ਸਾਨੂੰ ਗੁਰੂ ਨੇ ਸਮਝਾਤਾ ਵੀ ਇਸ ਸੰਸਾਰ ਦੇ ਵਿੱਚ ਅਸੀਂ ਕਿਵੇਂ ਸੁਖੀ ਹੋ ਸਕਦੇ, ਕਿਵੇਂ ਆਨੰਦ ਲੈ ਸਕਦੇ ਤੇ ਕਿਵੇਂ ਅਸੀਂ ਆਪਦੀ ਇੱਛਾ ਅਨੁਸਾਰ ਆਪਦੇ ਘਰ ਜਾ ਸਕਦੇ ਤੇ ਕਿਵੇਂ ਉੱਥੋਂ ਆ ਸਕਦੇ। ਇਹ ਸਾਰਾ ਸਾਨੂੰ ਗੁਰੂ ਨੇ ਭੇਜ ਦਿੱਤਾ। ਜਿਵੇਂ ਕਿ ਹੁਣ ਆਪਾਂ ਦੇਖਦੇ ਸਾਡਾ ਦੂਸਰੇ ਦੇਸ਼ਾਂ ਨਾਲ ਆਉਣਾ ਜਾਣਾ ਬਣ ਗਿਆ, ਉਹੋ ਜਿਹੇ ਸਾਧਨ ਆਪਾਂ ਵਰਤ ਰਹੇ, ਪਹਿਲਾਂ ਨਹੀਂ ਸੀ ਦੇਖਣ ਚ ਆਉਂਦੀ ਬਹੁਤੀ ਗੱਲ। ਇਸ ਕਰਕੇ ਮਹਾਰਾਜ ਕਹਿੰਦੇ ਵੀ ਤੁਹਾਡਾ ਆਉਣਾ ਜਾਣਾ ਬਣਨਾ ਸ਼ਬਦ ਦੁਆਰਾ, ਸ਼ਬਦ ਨੂੰ ਨਾਮ ਨੂੰ ਜਹਾਜ਼ ਕਹਿ ਕੇ ਸਾਨੂੰ ਸਮਝਾਇਆ ਗਿਆ। ਜੋ ਆਪਾਂ ਪੜ੍ਹਦੇ ਹਾਂ ਕਿ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ। ਹੁਣ ਗੁਰਮੁਖ ਪਿਆਰੇ ਹੋ ਮਹਾਰਾਜ ਸਾਨੂੰ ਸਮਝਾਉਂਦੇ ਕਹਿੰਦੇ ਪੁੱਤ ਪਹਿਲਾਂ ਆਪਦੀ ਤੁਸੀਂ ਮਤ ਛੱਡੋ, ਤੁਸੀਂ ਤਾਂ ਕਾਮਯਾਬ ਹੋਵੋਗੇ ਇਸ ਬੰਦੀਖਾਨੇ ਚੋਂ ਨਿਕਲਣ ਵਾਸਤੇ, ਇੱਥੋਂ ਆਜ਼ਾਦ ਹੋਣ ਵਾਸਤੇ ਤਾਂ ਕਾਮਯਾਬ ਹੋਵੋਗੇ, ਫਿਰ ਆਜ਼ਾਦ ਹੋਵੋਗੇ ਜੇਕਰ ਤੁਸੀਂ ਇਹ ਮੰਨੋਗੇ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਆਹ ਜਿਹੜੀ ਤੁਸੀਂ ਇੱਥੇ ਮਤ ਲਈ ਹੈ ਇਹਨਾਂ ਪੰਜਾਂ ਦੀ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ, ਇਸ ਕਰਕੇ ਤੁਹਾਡੀ ਮਤ ਨਹੀਂ, ਲੇਕਿਨ ਤੁਸੀਂ ਇਹਨੂੰ ਆਪਦੀ ਮਤ ਸਮਝ ਬੈਠੇ ਹੋ ਕਿਉਂਕਿ ਤੁਸੀਂ ਵਿਚਾਰਾਂ ਵਿੱਚ ਚਲੇ ਗਏ, ਤੁਹਾਡੀ ਮਤ ਮੈਲੀ ਹੋ ਗਈ। ਮਤ ਮਲੀਨ ਹੋਣ ਕਰਕੇ ਇਹਨਾਂ ਨੇ ਤੁਹਾਨੂੰ ਇੱਥੋਂ ਦੇ ਮਾਲਕ ਬਣਾ ਦਿੱਤਾ। ਤੁਸੀਂ ਇਸ ਸਰੀਰ ਨੂੰ ਆਪਦਾ ਸਮਝ ਲਿਆ, ਪਰਿਵਾਰ ਨੂੰ ਆਪਦਾ ਸਮਝ ਲਿਆ, ਸੰਸਾਰ ਨੂੰ ਆਪਦਾ ਸਮਝ ਲਿਆ, ਇਸ ਕਰਕੇ ਤੁਸੀਂ ਇਹਨਾਂ ਦਾ ਹੁਣ ਦੁੱਖ ਸੁੱਖ ਮਹਿਸੂਸ ਕਰਦੇ ਹੋ। ਜੇ ਕੋਈ ਤੁਹਾਡੇ ਪਰਿਵਾਰ ਦਾ ਸੰਗੀ ਸਾਥੀ ਦੁਖੀ ਹੋ ਜਾਂਦਾ ਨਾਲ ਤੁਸੀਂ ਵੀ ਹੋ ਜਾਂਦੇ ਹੋ, ਜੇ ਉਹ ਸੁਖੀ ਹੈ ਤੁਸੀਂ ਵੀ ਖੁਸ਼ ਹੁੰਦੇ ਹੋ। ਕਹਿੰਦੇ ਤੁਸੀਂ ਇੱਕ ਜਿਵੇਂ ਮਿੱਟੀ ਦਾ ਪੁਤਲਾ ਨੱਚਦਾ ਨਾ ਤੇ ਬੋਲਦਾ ਦੇਖਦਾ ਸੁਣਦਾ, ਉਹ ਤੁਹਾਡੀ ਹਾਲਤ ਹੋ ਗਈ। ਮਾਟੀ ਕੋ ਪੁੱਤਰਾ ਕੈਸੇ ਨੱਚਦ ਹੈ, ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ, ਜਬ ਕਿਛ ਪਾਵੇ ਤਬ ਗਰਭ ਕਰਤ ਹੈ, ਮਾਇਆ ਕਈ ਤੋਂ ਰੋਣ ਲੱਗਤ ਹੈ। ਜੇ ਇਹਦੇ ਘਰ ਬੱਚਾ ਆ ਗਿਆ ਤੇ ਨੱਚਣਾ ਸ਼ੁਰੂ ਕਰਦਾ, ਕਿਉਂਕਿ ਸਰੀਰ ਮਾਇਆ ਸਾਡਾ, ਇਹ ਸੀਸ ਦਾ ਮੂਲ ਹੈ ਮਾਇਆ। ਮਾਇਆ ਦੇ ਘਰ ਮਾਇਆ ਆ ਕੇ ਨੱਚਣ ਲੱਗ ਪਿਆ ਪੁਤਲਾ, ਜੇ ਉਹ ਚਲਾ ਗਿਆ ਤੇ ਰੋਣ ਲੱਗ ਪਿਆ, ਸਾਡੀ ਕਿਸਮਤ ਮਾੜੀ, ਪਹਿਲਾਂ ਕਿਸਮਤ ਚੰਗੀ, ਇਹ ਖੇਲ ਨਹੀਂ ਅਸੀਂ ਸਮਝਿਆ। ਇਸ ਕਰਕੇ ਗੁਰੂ ਪਿਆਰਿਓ ਹੁਣ ਜਿਵੇਂ ਜਿਵੇਂ ਆਪਾਂ ਸਿਮਰਨ ਕਰਾਂਗੇ, ਸਿਮਰਨ ਕਰਨ ਦੇ ਨਾਲ ਸਾਡਾ ਜਿਹੜਾ ਮਨ ਹੈ ਉਹ ਜਾਗੇਗਾ, ਇਹਦੀ ਮੈਲ ਉਤਰੇਗੀ। ਜੋ ਤੁਸੀਂ ਰੋਜ਼ ਪੜ੍ਹਦੇ ਹੋ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਮਨ ਦੀ ਮੈਲ ਉਤਰੇਗੀ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ। ਹੋਰ ਕੋਈ ਤਰੀਕਾ ਨਹੀਂ ਮਨ ਨੂੰ ਧੋਣ ਦਾ,
ਜਿਵੇਂ ਪਹਿਲਾਂ ਜੀ ਵਿਚਾਰੇ ਤੀਰਥਾਂ ਤੇ ਜਾਂਦੇ ਵੀ ਸ਼ਾਇਦ ਮਨ ਧੋਤਾ ਜਾਏਗਾ, ਪਾਪ ਉਤਰ ਜਾਣਗੇ। ਮਹਾਰਾਜ ਸਮਝਾਉਂਦੇ ਕਹਿੰਦੇ ਨਾਮਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੋ ਉਤਰੀ ਨਾਤਿਆਂ ਦੋ ਪੋ ਚੜੀਏ ਹੋਰ। ਇਸ ਕਰਕੇ ਹੋਰ ਮੈਲ ਲਾ ਕੇ ਆਉਂਦੇ ਅਸੀਂ, ਕਿਉਂਕਿ ਅਸੀਂ ਇਸ ਚਮੜੇ ਤੱਕ ਸੀਮਤ ਹੁੰਦੇ ਹਾਂ। ਇਸ ਚਮੜੇ ਦੇ ਅੰਦਰ ਸਾਨੂੰ ਪਰਮਾਤਮਾ ਤਾਂ ਦਿਸਦਾ ਨਾ, ਲੇਕਿਨ ਆਕਾਰ ਨੂੰ ਦੇਖਦੇ। ਫਿਰ ਉੱਥੇ ਜਾਂਦੇ ਜਿਹੜੀਆਂ ਬਿਲਡਿੰਗਾਂ ਨੇ ਉਹ ਵੀ ਇੱਕ ਆਕਾਰ ਹੈ, ਉਹਨੂੰ ਦੇਖਦੇ। ਉੱਥੇ ਦੁਨੀਆਂ ਇਕੱਠੀ ਹੁੰਦੀ ਹੈ ਉਹਨੂੰ ਦੇਖਦੇ ਵੀ ਉੱਥੇ ਬੜੇ ਲੋਕ ਸੀ, ਬੜਾ ਘੱਟ ਸੀ, ਵੀ ਲੰਗਰ ਬੜਾ ਸਵਾਦ ਸੀ। ਇਸ ਤਰ੍ਹਾਂ ਦੀਆਂ ਅਸੀਂ ਗੱਲਾਂ ਕਰਦੇ, ਕਦੇ ਵੀ ਅਸੀਂ ਤੀਰਥ ਤੋਂ ਆ ਕੇ ਨਾ ਕਰਦੇ ਵੀ ਅਸੀਂ ਸਿਮਰਨ ਕੀਤਾ, ਨਾਮ ਨੂੰ ਸੁਣਿਆ, ਅੰਮ੍ਰਿਤ ਪੀਤਾ, ਸਾਡੇ ਵਿੱਚੋਂ ਕੁਛ ਜੀਵਾਂ ਨੂੰ ਪਰਮਾਤਮਾ ਦੇ ਦਰਸ਼ਨ ਹੋਏ, ਕਿਸੇ ਨੂੰ ਕੁਛ ਹੋਇਆ, ਕਿਸੇ ਨੂੰ ਕੁਛ ਹੋਇਆ, ਇਹ ਨਾ ਕਰਦੇ। ਸਿਰਫ ਸੰਸਾਰ ਦੀਆਂ ਗੱਲਾਂ ਕਰਦੇ ਤੇ ਨਿਯਮ ਬਣਾ ਲੈਂਦੇ ਵੀ ਇਸ ਸਾਲ ਜਾ ਕੇ ਆਏ, ਅਗਲੇ ਵੀ ਜਾਣਾ। ਜਿੰਨਾ ਚਿਰ ਸਰੀਰ ਚੱਲਦਾ ਰਹੇਗਾ ਜਾਇਆ ਕਰਾਂਗੇ। ਲੇਕਿਨ ਮਹਾਰਾਜ ਕਹਿੰਦੇ ਵੀ ਤੀਰਥ ਤਾਂ ਤੁਹਾਡੇ ਅੰਦਰ ਹੀ ਹੈ, ਤੀਰਥ ਨਾਮ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਕਰਕੇ ਗੁਰੂ ਪਿਆਰਿਓ, ਜੋ ਇਹ ਨਾਮ ਹੈ ਇਹ ਸਾਡੇ ਮਨ ਵਾਸਤੇ ਤੀਰਥ ਹੈ, ਤੇ ਨਾਮ ਆਪਣੇ ਸਾਰਿਆਂ ਦੇ ਅੰਦਰ ਹੈ। ਨਾਨਕ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਇਸ ਕਰਕੇ ਗੁਰਮੁਖੋ, ਹੁਣ ਜੋ ਸੰਸਾਰ ਦਾ ਗਿਆਨ ਹੈ ਉਹ ਤਾਂ ਆਪਾਂ ਨੂੰ ਹੈ ਹੀ, ਜਿੰਨਾ ਜਿੰਨਾ ਵੀ ਹੈ, ਲੇਕਿਨ ਹੁਣ ਨਾਲ ਆਪਾਂ ਜਿਸ ਦੇਸ਼ ਵਿੱਚ ਜਾਣਾ, ਜਿੱਥੋਂ ਦੇ ਅਸੀਂ ਵਸਣ ਵਾਲੇ ਹਾਂ, ਜਿਹਨੂੰ ਪ੍ਰਲੋਕ ਕਹਿੰਦੇ, ਉੱਥੋਂ ਦਾ ਗਿਆਨ ਵੀ ਹਾਸਲ ਕਰਨਾ। ਇਸ ਕਰਕੇ ਆਓ, ਜਿਹਨੇ ਹਾਸਲ ਕਰਨਾ ਉਹ ਕਰਨਾ ਸਾਡੇ ਮਨ ਨੇ, ਤੇ ਆਪਾਂ ਇਸ ਮਨ ਨੂੰ ਜਗਾਈਏ ਵੀ ਉੱਠ ਭਾਈ, ਅੱਜ ਆ ਸਕੂਲੇ ਆ ਗਿਆ ਤੂੰ ਹੁਣ ਪੜ੍ਹ। ਇਸ ਕਰਕੇ ਨੇਤਰ ਬੰਦ ਕਰ ਲੈਣੇ, ਅੰਦਰ ਨੂੰ ਜਾਂਦੇ ਸਵਾਸ ਨਾਲ ਵਾਹੇ ਬੋਲ ਕੇ ਸੁਣਨਾ, ਬਾਹਰ ਨੂੰ ਉਹਦੇ ਨਾਲ ਗੁਰੂ ਬੋਲ ਕੇ ਸੁਣਨਾ। ਆਓ ਜੀ ਗੁਰੂ ਪਿਆਰਿਓ, ਕਰੋ ਜੀ ਸ਼ੁਰੂ, ਵਾਹ ਗੁਰੂ 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 ਵਾਹ।
ਸਾ